ਧਾਰਮਿਕ ਰਸਤਾ ਤੈਅ ਕਰਦਾ ਹੈ। ਗੁਰਬਾਣੀ ਨੇ ਚੰਨ ਦੇਣਾ ਹੈ, ਸਿਹਤ ਦਿਖਾਣੀ ਕਿ ਇਸ ਰਸਤੇ ਮੁੜੋ, ਇੰਝ ਕਰੋ, ਇੰਝ ਨਾ ਕਰੋ, ਇੰਝ ਜੀਵਨ ਜੀਓ, ਇੰਝ ਬਾਣੀ ਪੜ੍ਹੋ, ਇੰਝ ਸੰਗਤ ਕਰੋ। ਫਿਰ ਨਾਮ ਸਿਮਰਨ ਨੇ ਸਾਨੂੰ ਹੋਰ ਚਲਾਉਣਾ ਹੈ। ਨਾਮ ਸਿਮਰਨ ਸਾਡਾ ਜੋ ਰਸਤਾ ਵਿੱਚ ਸਾਡੇ ਜੀਵ ਆਤਮਾ ਅਤੇ ਪਰਮ ਆਤਮਾ ਦੇ ਵਿੱਚ ਪਰਮਾਤਮਾ ਦੇ ਵਿੱਚ ਉਹਨੂੰ ਕਵਰ ਕਰਨਾ ਹੈ। ਸੋ ਬਾਣੀ ਵੀ ਪੜ੍ਹਨੀ ਬਹੁਤ ਜ਼ਰੂਰੀ ਹੈ। ਨਿਤਨੇਮ ਕਰਨਾ, ਸਹਿਜ ਪਾਠ ਕਰਨਾ, ਸ਼ਬਦ ਜਾਪ ਕਰਨਾ ਬਹੁਤ ਜ਼ਰੂਰੀ ਹੈ। ਨਾਲ ਨਾਮ ਸਿਮਰਨ ਦੀ ਘੱਟੋ ਘੱਟ ਅਗਰ ਕਿਸੇ ਪਰਮਾਤਮਾ ਵਿੱਚ ਅਧੇੜ ਹੋਣਾ ਹੈ ਨਾ, ਤੁਹਾਨੂੰ 2.5 ਘੰਟੇ ਮਿਨੀਮਮ ਜ਼ਰੂਰ ਸਿਰਫ ਨਾਮ ਸਿਮਰਨ ਜ਼ਰੂਰ ਲਾ ਦੇ ਚੰਗਾ ਜੀਵਨ, ਚੰਗੇ ਕਰਮ ਤੇ ਮਾੜੇ ਕਰਮਾਂ ਤੋਂ ਮਾੜੀ ਸੰਗਤ ਤੋਂ ਬਚਣਾ। ਮਾਂ ਨੇ ਮਰੋ ਸਭ ਕੀ ਕਿਹੜੇ ਨਿਕਲ ਤੋਂ ਬੇਰ ਉਹ ਚੁੱਲੇ ਉਹ ਚੀਰੀਏ ਸਖਤ ਸੰਗ ਨਾ ਲੀਏ। ਕਹਿੰਦੇ ਕੇਲੇ ਦਰਖਤ ਦੇ ਨਾਲ ਅਗਰ ਬੇਰੀ ਦਾ ਦਰਖਤ ਖੜਾ ਹੋਵੇ, ਉਹ ਕੇਲੇ ਦੇ ਦਰਖਤ ਤੁਹਾਨੂੰ ਸਭ ਤੋਂ ਪਤਾ ਬੜੇ ਨਰਮ ਪੱਤੇ ਹੀ ਹੁੰਦੇ, ਉਹਦੇ ਤਣਾ ਨਹੀਂ ਹੁੰਦਾ, ਲੱਕੜ ਨਹੀਂ ਹੁੰਦੀ। ਕੇਲੇ ਦੇ ਬੇਰ, ਕੇਲੇ ਦੇ ਪੇੜ ਦੇ ਨਾਲ ਹੀ ਮਨ ਭਾਗੀ ਨੂੰ ਬੇਰ ਦਾ ਦਰਖਤ ਉੱਗ ਗਿਆ ਤੇ ਬੇਰੀ ਨਾਲ ਹੁੰਦੇ। ਕਹਿੰਦੇ ਹੁਣ ਵਿਚਾਰੇ ਕੇਲੇ ਦੇ ਪੱਤੇ ਹਵਾ ਅੰਗੀ ਝੂਲਦੇ ਨੇ ਹਵਾ ਦੇ ਨਾਲ ਤੇ ਨਾਲ ਬੇਰੇ ਫੈਟ ਜਾਂਦੇ ਨੇ। ਜਿਹਨੂੰ ਫੈਟ ਜਾ ਉਹਨੂੰ ਬੇਰੀ ਦੇ ਕੰਡਿਆਂ ਨਾਲ ਕੱਟ ਪਈ ਜਾ ਤੇ ਕੇਲੇ ਦਾ ਪੱਤਾ ਖਰਾਬ ਹੋ ਜਾ। ਕੇਲੇ ਦਾ ਕੀ ਕਸੂਰ? ਹਵਾ ਆਈ ਉਹਨੇ ਪੱਤਾ ਖਿਲਾ ਦਿੱਤਾ, ਪਰ ਕੀ ਮਾੜਾ ਹੋਇਆ? ਸੱਤ ਮਾੜਾ ਹੋ ਗਿਆ ਕਿ ਕੇਲੇ ਦਾ ਬੂਟਾ ਨਾ ਲਾ ਦੇ। ਕਈ ਵਾਰੀ ਸਾਧਕ ਜਨ ਤੁਹਾਡੇ ਨੇੜੇ ਆ ਜਾਂਦੇ ਨੇ, ਤੁਸੀਂ ਬਚਣਾ ਹੈ। ਗੁਰੂ ਜੀ ਅਰਜਨ ਨੇ ਵੀ ਖੁਦ ਕਹਿ ਰਹੇ ਨੇ ਉਲਟੀ ਰਹੇ ਮਨ ਉਲਟੀ ਰਹੇ, ਸਾਧਕ ਸ਼ੋਕਰ ਉਲਟੀ ਰਹੇ, ਉਲਟਾ ਰਸਤਾ ਹੀ ਉਲਟਾ ਲੈ। ਸਾਹਮਣੇ ਤੂੰ ਸਾਖਤ ਦੇਖ ਰਿਹਾ ਨਾ, ਜਿਹੜਾ ਦੁਨੀਆਂ ਦੀ ਗੱਲਾਂ ਜ਼ਿਆਦਾ ਕਰਦਾ ਹੈ, ਦੁਨੀਆਂ ਦੀਆਂ ਜ਼ਿਆਦਾ ਤੈਨੂੰ ਦੁਨੀਆਂ ਪਰ ਲਗਾਉਂਦਾ ਹੈ ਤੇ ਰੱਬ ਤੋਂ ਤੋੜਦਾ ਹੈ, ਉਲਟਾ ਹੋ ਜਾ। ਆਪਣਾ ਰਸਤਾ ਹੀ ਬਦਲ, ਤੂੰ ਬਚਣਾ ਹੈ, ਤੂੰ ਬਚਣਾ ਹੈ। ਸੋ ਤੀਸਰਾ ਹੈਗਾ ਕਿ ਸੰਗਤ ਤੋਂ ਅਸੀਂ ਬਚ ਕੇ ਰਹਿਣਾ ਮਾਏ ਤੋਂ, ਚੰਗੀ ਕਰਨੀ ਹੈ ਤਾਂ ਕਰਨੀ ਕਰਨੀ। ਜਿਵੇਂ ਕੀੜੀ ਹੈ ਨਾ, ਕਿਸੇ ਚੀਜ਼ੀ ਕੋਈ ਕਿਸੇ ਮਿਠਾਈਆਂ ਦੇ ਨੇ ਕੋਈ ਉਹਨੂੰ ਢੋਲਾ ਦਿੰਦਾ ਪਰ ਲੱਗ ਕੇ ਕੌਣ ਜਾਂਦਾ। ਕਿਵੇਂ ਚੰਗੀ ਸੰਗਤ ਲੱਭ ਕੇ ਵੀ ਕਹੂੰਦੀ ਹੈ ਤੇ ਮਾੜੀ ਤੋਂ ਸਾਹਮਣੇ ਵੀ ਆਉਂਦੀ ਕਰੇ ਤੇ ਪਾਸਾ ਮਿਲਦਾ। ਸੋ ਨਾਮ ਸਿਮਰਨ ਵਾਹਿਗੁਰੂ ਦਾ ਜੋ ਗੁਰਮੰਤਰ ਆਪਾਂ ਨੂੰ ਪੰਜ ਪਿਆਰੇ ਦਿੰਦੇ ਨੇ, ਅੰਮ੍ਰਿਤ ਛਕਣਾ ਸਾਹ ਸਿੱਖਣ ਵਾਸਤੇ ਬਹੁਤ ਜ਼ਰੂਰੀ ਹੈ। ਅੰਮ੍ਰਿਤ ਛਕੇ ਤੋਂ ਬਗੈਰ ਸਾਡੀ ਗੁਰੂ ਘਰ ਦੇ ਵਿੱਚ ਐਂਟਰੀ ਨਹੀਂ ਹੁੰਦੀ। ਮੈਨੂੰ ਜਿਮਾ ਕਰਦੇ ਨੇ ਕਈ ਵਾਰ ਕਹਿੰਦੇ ਕਿ ਕਰਮ ਚੰਗੇ ਹੋਣੇ, ਕਹਿੰਦੇ ਨੇ ਅੰਮ੍ਰਿਤ ਛਕਣਾ ਤਾਂ ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ, ਚੰਗੇ ਕਰਮ ਵੀ ਹੋਣੇ ਜ਼ਰੂਰੀ ਨੇ, ਪਰ ਅੰਮ੍ਰਿਤ ਛਕੇ ਬਗੈਰ ਸਾਡੀ ਐਂਟਰੀ ਨਹੀਂ ਹੈ ਕੇਂਦਰ ਘਰ ਦੇ ਪਰਿਵਾਰ ਵਿੱਚ। ਤਾਂ ਦੁਨੀਆਂ ਦਾ ਪਿਆਰ ਹੈ ਤਾਂ ਸਾਨੂੰ ਐਂਟਰੀ ਕਰਾਉਣੀ ਪੈਂਦੀ ਹੈ, ਅਤੇ ਜੋ ਸੱਚਾ ਪਰਿਵਾਰ ਹੈ ਜਿੱਥੇ ਮਰਨ ਤੋਂ ਬਾਅਦ ਵੀ ਜਾਣਾ ਹੈ, ਉਹ ਕਹਿੰਦੇ ਸਾਡੀ ਐਂਟਰੀ ਨਾ ਹੋਈ ਤਾਂ ਕੀ ਫਾਇਦਾ, ਐਵੇਂ ਲਵਾਸਾਂ ਹੋਏ ਘੁੰਮਦੇ ਰਹਾਂਗੇ, ਧੂਲ ਪਰੇ ਕਿਤੇ ਬਣੇ ਹੋਵਾਂਗੇ। ਸੋ ਅੰਮ੍ਰਿਤ ਖੰਡੇ ਬਾਟਣਾ ਛਕਣਾ ਵੀ ਬਹੁਤ ਜ਼ਰੂਰੀ ਹੈ। ਪੰਜਾਂ ਪਿਆਰਿਆਂ ਤੋਂ ਪਾਵਰ ਲੈ ਕੇ ਨਾਮ ਸਿਮਰਨ ਦਾ ਅਭਿਆਸ ਵੀ ਜ਼ਰੂਰੀ ਹੈ, ਬਾਣੀ ਪੜ੍ਹਨੀ ਵੀ ਜ਼ਰੂਰੀ ਹੈ, ਅਤੇ ਸੰਗਤ ਸਤ ਸੰਗਤ ਕਰਨੀ ਵੀ ਅੱਤ ਜ਼ਰੂਰੀ ਹੈ, ਅਤੇ ਮਾੜੀ ਸੰਗਤ ਤੋਂ ਬਚਣਾ ਵੀ ਉਸ ਤੋਂ ਜ਼ਿਆਦਾ ਜ਼ਰੂਰੀ ਹੈ। ਗੁਰੂ ਨਾਨਕ ਘਰ ਬੈਠਿਆਂ ਸ਼ੋਰ ਮਿਲੇ ਤੇ ਕਿਵੇਂ ਨਿਰਾਸ਼ ਕਰੇ, ਸਾਡੇ ਕਰਮ ਚੰਗੇ ਹੋਣੇ ਚਾਹੀਦੇ ਨੇ, ਸਾਡੀ ਨੀਅਤ ਸਭ ਦੇ ਭਲੇ ਹੋਣੀ ਚਾਹੀਦੀ ਹੈ। ਪਰ ਕਹਿੰਦੇ ਕਿ ਮਿੱਠਾ ਬੋਲਣ ਨਿਰ ਚਲਣ ਹੱਥੋਂ ਵੀ ਕੁਛ ਦੇ ਰੱਬ ਦਿਨਾਂ ਦੀ ਬੁਕਲੀ ਬਾਹਰ ਤਿਆਰ ਹੋਵੇ। ਮਿੱਠਾ ਬੋਲਣਾ ਨਿਮਤਾ ਚ ਰਹਿਣਾ, ਹੱਥੋਂ ਕੁਛ ਦੇ ਸਲਾਹ ਕਰਨਾ ਬੋਲਣਾ ਸਾਡਾ ਕਰਨਾ, ਰੱਬ ਦਿਨਾਂ ਦੀ ਬੁਕਲੀ ਰੱਬ ਦਿਨਾਂ ਦੀ ਬੁਕਲ ਦੇ ਅਤੇ ਬਾਹਰ ਤਿਆਰ ਹੋਵੇ, ਬਾਹਰ ਤਿਆਰ ਹੋਵੇ ਰੱਬ ਨੂੰ, ਰੱਬ ਸਾਡੇ ਸਾਰਿਆਂ ਦੇ ਵਿੱਚ ਨਮਸਕਾਰ ਨਿੰਦਾ ਮਾੜੀ ਸੰਗਤ ਗਿਆ ਮਾੜੀ ਨੀਤਾਂ ਗਿਆ
ਜਿਸਦਾ ਪੁਰਾਣਾ ਟੈਂਕ ਹੁੰਦੇ ਸਨ ਡੈਪ ਨੂੰ ਚਕਾ ਕਰਦੇ ਅੰਦਰਲੇ ਪਾਸੇ ਲੇਅਰ ਆਉਂਦੀ ਸੀ ਬਾਹਰ ਕੀ ਆਉਂਦੀ ਸੀ ਔਰ ਦੁਨੀਆਂ ਭਰ ਕੀ ਸਾਫ਼ ਕਰੋ ਰੋਸ਼ਨੀ ਸੀ ਬਾਹਰ ਆਉਂਦੀ ਪਰ ਜਦੋਂ ਅੰਦਰੋਂ ਸਾਫ਼ ਕਰਦੇ ਸੀ ਤਾਂ ਰੋਸ਼ਨੀ ਆ ਸਕਦੀ ਸੀ ਸਾਰੇ ਬਲੈਕ ਹੋ ਬੈਠੇ ਹੋਏ ਅਤੇ ਜਦੋਂ ਅੰਦਰੋਂ ਸਾਫ਼ ਕਰੋਗੇ ਇੱਕਦਮ ਚਾਨਣ ਬਾਹਰ ਆ ਜਾਂਦਾ ਸੀ ਸੋ ਰੱਬ ਸਾਰਿਆਂ ਨੂੰ ਤੇ ਪਰ ਦਰਸ਼ਨ ਕਰੋ ਉਹਨਾਂ ਦੇ ਜਦੋਂ ਸਾਡੇ ਅੰਦਰ ਦਾ ਸਾਫ਼ ਹੋ ਜਾਂਦਾ ਜਦੋਂ ਸਾਡਾ ਬੋਲ ਚਾਲ ਸਾਡੀ ਵਰਤੋਂ ਵੀ ਹਾਂ ਗੁਰਮੁਖਨ ਸਾਹਿਬ ਹੋ ਰਹੇਗੀ ਅਤੇ ਰੱਬ ਦੇ ਦੋਸਤਾਂ ਨੂੰ ਮੇਰਾ ਉੱਥੇ ਜਾਏਗੀ ਨਾ ਮੈਂ ਇੱਥੇ ਜਾਣਾ ਹਾਂ ਅਤੇ ਮੈਂ ਮੈਰੀਅਨ ਗੁਰੂ ਵਿੱਚ ਜਾ ਕਰੀ ਸੋ ਅਸੀਂ ਐਤੀ ਤੋਂ ਪੁੱਛ ਕਰਦੇ ਕੁਛ ਬੁੱਧੀ ਇਨਸਾਨ ਦਾ ਦਾਦਾ ਜੀ ਕਿਰਪਾ ਕੀਤੀ ਉਸ ਅਨੁਸਾਰ ਆਪਣੀ ਦੱਸ ਰਹੇ ਕਿ ਦੁੱਖਾਂ ਨੂੰ ਭਾਵੇਂ ਕੀਤੀ ਲਈਏ ਪਰ ਉਹ ਮੇਰੇ ਉੱਤੇ ਚੱਲਦੀ ਔਰ ਗੁਰਬਾਣੀ ਪਿਆਰ ਨਾਲ ਪੜ੍ਹਨੀ ਹੈ ਸਹਿਜ ਨਾਲ ਵਿਚਾਰ ਕੇ ਔਰ ਦੂਸਰਾ ਕੁਸ਼ਚਨ ਗੁਰਬਾਣੀ ਦਾ ਐਂਡ ਕਰਨਾ ਹੈ ਨਾਮ ਸਿਮਰਨ ਦੇ ਉੱਤੇ ਜਗ੍ਹਾ ਹੈ ਦੋਨੋਂ ਮਿਲ ਕੇ ਹੀ ਸਾਡਾ ਜੋ ਅਧਿਆਤਮਕ ਸਫਰ ਹੈ ਉਹ ਤੈਅ ਹੋਏਗਾ ਕਿ ਆਤਮਾ ਪਰਮਾਤਮਾ ਦੇ ਵਿੱਚ ਜੀਤ ਹੋਏਗੀ ਉਹਨਾਂ ਦੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
बाकी गुरु जी का फल।